हां जी तो वेलकम बैक एक बार फिर टीच वीजा पंजाबी ਤੇ ਉਮੀਦ ਕਰਦਾ ਕਿ ਤੁਸੀਂ ਠੀਕ ਹੋਵੋਗੇ ਇਸ ਵੀਡੀਓ ਦੇ ਵਿੱਚ ਅਸੀਂ ਕੈਨੇਡਾ ਦੇ ਵਰਕ ਪਰਮਿਟ ਦੇ ਬਾਰੇ ਚ ਗੱਲ ਕਰਾਂਗੇ ਕੈਨੇਡਾ ਵਿਜ਼ਿਟ ਵੀਜ਼ੇ ਦੇ ਬਾਰੇ ਚ ਗੱਲ ਕਰਾਂਗੇ ਤੇ ਨਾਲ ਦੀ ਨਾਲ ਹੀ ਕੈਨੇਡਾ ਦੀ ਐਮਬੈਸੀ ਅੱਡ ਜਿਹੜੀਆਂ ਅਨਾਉਂਸਮੈਂਟਾਂ ਕੀਤੀਆਂ ਗਈਆਂ ਨੇ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਤੇ ਵੀਡੀਓ ਨੂੰ ਐਂਡ ਤੱਕ ਨੋ ਜ਼ਰੂਰ ਤੱਕ ਜੇ ਤੁਸੀਂ ਕੈਨੇਡਾ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਜਾ ਰਹੇ ਹੋ ਜਾਂ ਕਰ ਚੁੱਕੇ ਹੋ ਆਪਣੀ ਅਪਾਇੰਟਮੈਂਟ ਦਾ ਇੰਤਜ਼ਾਰ ਕਰਨ ਦੇ ਉਹ ਸਾਰੀ ਦੀ ਸਾਰੀ ਇਨਫੋਰਮੇਸ਼ਨ ਤੁਹਾਡੇ ਲਈ ਹੈ ਵੀਡੀਓ ਨੂੰ ਐਂਡ ਤੱਕ ਦੇਖੋ ਨਵੇਂ ਚੈਨਲ ਟੀਚ ਵੀਜ਼ਾ ਪੰਜਾਬੀ ਤੇ ਤੈਨੂੰ ਸਬਸਕ੍ਰਾਈਬ ਕਰੋ ਕੋਈ ਵੀ ਸਵਾਲ ਹੈ ਤੁਹਾਡਾ ਥੱਲੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਹਾਂਜੀ ਤੇ ਸਭ ਨਾਲੋਂ ਪਹਿਲਾਂ ਅਸੀਂ ਗੱਲ ਕਰਨੀ ਆ ਕੈਨੇਡਾ ਦੀ ਐਮਬੈਸੀ ਨੇ ਜਿਹੜੀ ਅਨਾਉਂਸਮੈਂਟ ਕੀਤੀ ਏ ਕੈਨੇਡਾ ਦੀ ਐਮਬੈਸੀ ਜਿਹੜੀ ਦਿੱਲੀ ਦੇ ਵਿੱਚ ਏ ਤੇ ਇਸਲਾਮਾਬਾਦ ਪਾਕਿਸਤਾਨ ਦੇ ਵਿੱਚ ਉਹਨਾਂ ਇਹ ਅਨਾਉਂਸਮੈਂਟ ਕੀਤੀ ਹੈ ਕਿ ਕੈਨੇਡਾ ਦਾ ਜਿਹੜਾ ਵਿਜ਼ਿਟ ਵੀਜ਼ਾ ਉਹਦਾ ਪ੍ਰੋਸੀਜਰ ਅਸੀਂ ਜਲਦੀ ਹੀ ਸ਼ੁਰੂ ਕਰਾਂਗੇ। ਫਿਲਹਾਲ ਉਹਨਾਂ ਕੋਈ ਡੇਟ ਨਹੀਂ ਦਿੱਤੀ ਕਿ ਅਸੀਂ ਇਸ ਡੇਟ ਨੂੰ ਵੀਜ਼ੇ ਸ਼ੁਰੂ ਕਰ ਦੇਵਾਂਗੇ। ਸਾਰੇ ਲੋਕ ਜਿਹੜੇ ਸਾਰੇ ਭਰਾ ਪਾਕਿਸਤਾਨੀ, ਇੰਡੀਅਨ ਜਿਹੜੇ ਨੇ ਅਪਲਾਈ ਕਰ ਸਕਣਗੇ ਉਹਨਾਂ ਕੋਈ ਵੀ ਕਨਫਰਮ ਅਪਡੇਟ ਨਹੀਂ ਦਿੱਤੀ ਹੈ। ਕਨਫਰਮ ਡੇਟ ਨਹੀਂ ਦਿੱਤੀ ਹੈ ਕਿ ਤੁਸੀਂ ਇਸ ਤਰੀਕਾ ਨਾਲ ਵਿਜ਼ਿਟ ਵੀਜ਼ਾ, ਟੂਰਿਸਟ ਵੀਜ਼ਾ ਅਪਲਾਈ ਕਰ ਸਕੋਗੇ। ਜਿੰਨਾ ਭਰਾਵਾਂ ਨੇ ਅਪਲਾਈ ਕੀਤਾ ਸੀ ਲਾਕਡਾਊਨ ਤੋਂ ਪਹਿਲਾਂ ਜਾਂ ਕਰੋਨਾ ਵਾਇਰਸ ਦੇ ਵਿੱਚ ਜਦੋਂ ਵੀ ਐਮਬੈਸੀ ਓਪਨ ਹੋਈ ਸੀ ਉਹਨਾਂ ਬਾਰੇ ਇਹ ਅਪਡੇਟ ਗੁੱਡ ਨਿਊਜ਼ ਹੈ ਵੀ ਜਿੱਦੋਂ ਵੀ ਕੈਨੇਡਾ ਦੀ ਐਮਬੈਸੀ ਓਪਨ ਹੋਵੇਗੀ ਸਭਨਾਂ ਨੂੰ ਪਹਿਲਾਂ ਜਿਹੜਾ ਪ੍ਰੋਸੀਜਰ ਹੈ ਉਹਨਾਂ ਲੋਕਾਂ ਦਾ ਹੀ ਹੋਏਗਾ ਜਿਨ੍ਹਾਂ ਪਹਿਲਾਂ ਵੀਜ਼ਾ ਅਪਲਾਈ ਕੀਤੇ ਹਨ ਚਾਹੇ ਕਿਸੇ ਵੀ ਕੈਟਾਗਰੀ ਦਾ ਹੋਵੇ ਜਿਹਦਾ ਵੀਜ਼ਾ ਪੈਂਡਿੰਗ ਦੇ ਵਿੱਚ ਹੈ ਵਿਜ਼ਿਟ ਵੀਜ਼ਾ ਟੂਰਿਸਟ ਵੀਜ਼ਾ ਜਾਂ ਕਿਸੇ ਵੀ ਹੋਰ ਕੈਟਾਗਰੀ ਦਾ ਵੀਜ਼ਾ ਉਹ ਪੈਂਡਿੰਗ ਦੇ ਵਿੱਚ ਹੈ ਤੇ ਸਭਨਾਂ ਨੂੰ ਪਹਿਲਾਂ ਜਿੱਦੋਂ ਹੀ ਐਮਬੈਸੀ ਓਪਨ ਹੋਏਗੀ ਆਪ ਪ੍ਰੋਸੀਜਰ ਕਰਨਾ ਸ਼ੁਰੂ ਕਰੇਗੀ ਨਾਲ ਦੀ ਨਾਲ ਹੀ ਸਭ ਤੋਂ ਪਹਿਲਾਂ ਜਿਹੜਾ ਕੰਮ ਸ਼ੁਰੂ ਹੋਏਗਾ ਉਹ ਇਨਾ ਵੀਜ਼ਿਆਂ ਦਾ ਹੀ ਹੋਏਗਾ ਜਿਨ੍ਹਾਂ ਭਰਾਵਾਂ ਨੇ ਲਾਕਡਾਊਨ ਦੇ ਵਿੱਚ ਹੀ ਕੋਰੋਨਾ ਵਾਇਰਸ ਦੇ ਵਿੱਚ ਵੀਜ਼ੇ ਅਪਲਾਈ ਕੀਤੇ ਸਨ ਹੁਣ ਅਸੀਂ ਗੱਲ ਕਰਨੀ ਆ ਵਰਕ ਪਰਮਿਟ ਦੇ ਬਾਰੇ ਚ ਵਰਕ ਪਰਮਿਟ ਦੇ ਬਾਰੇ ਚ ਕਾਫੀ ਜ਼ਿਆਦਾ ਨਿਊਜ਼ ਆਈਆਂ ਹਨ ਲੇਕਿਨ ਕਨਫਰਮ ਨਹੀਂ ਸਿਆ ਇੱਕ ਦੋ ਨਿਊਜ਼ ਹੀ ਜਿਹੜੀ ਕਨਫਰਮ ਹੈ ਤੋਂ ਟੈਲੀਗ੍ਰਾਮ ਹੈ ਸਾਂਝੀ ਕਰਨਾ ਸਭ ਤੋਂ ਪਹਿਲਾਂ ਜਿਹੜੀ ਨਿਊਜ਼ ਹੈ ਕੈਨੇਡਾ ਦੇ ਵਰਕ ਪਰਮਿਟ ਦੇ ਬਾਰੇ ਚ ਉਹ ਇਹ ਵੀ ਕਿ ਕੁਝ ਕੰਪਨੀਆਂ ਐਸੀਆਂ ਹਨ जिन्ना ਆਪਣੇ वीजा इशू ਕੀਤੇ ਨੇ ਤੁਸੀਂ ਜੇ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਜਾਓਗੇ ਤਾਂ ਤੁਹਾਨੂੰ ਸਾਰੀ ਦੀ ਸਾਰੀ ਇਨਫਰਮੇਸ਼ਨ ਜਿਹੜੀ ਲੱਭ ਜੇਗੀ ਕਿ ਇਸ ਕੈਟਾਗਰੀ ਦੇ ਵੀਜ਼ੇ ਨੇ ਉਹ ਕੰਪਨੀ ਕਿਹੜੇ ਸੂਬੇ ਦੇ ਵਿੱਚ ਸਾਰੀ ਦੀ ਸਾਰੀ ਇਨਫਰਮੇਸ਼ਨ ਜਿਹੜੀ ਹੈ ਨਾ ਉਹ ਤੁਹਾਨੂੰ ਉਹਨਾਂ ਦੀ ਆਫੀਸ਼ੀਅਲ ਵੈਬਸਾਈਟ ਜਿਹੜੀ ਉਹਦੇ ਉੱਤੇ ਲੱਭ ਜੇਗੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਲਿੰਕ ਹੋਏਗਾ ਸੂਬੇ ਦਾ ਉਹ ਡਾਇਰੈਕਟ ਤੁਹਾਨੂੰ ਉਸ ਸੂਬੇ ਦੇ ਉੱਤੇ ਲੈ ਜਾਏਗਾ ਤੁਹਾਨੂੰ ਪਤਾ ਕੈਨੇਡਾ ਦੇ ਵਿੱਚ ਯਾਰੀ ਕੈਨੇਡਾ ਦੀ ਗਵਰਨਮੈਂਟ ਹੈ ਉਹ ਜ਼ਿਆਦਾਤਰ ਹਰ ਸੂਬੇ ਦੀ ਵੱਖਰੀ ਹੈ ਤੇ ਇਸੇ ਲਈ ਹਰ ਸੂਬਾ ਜਿਹੜਾ ਆਪਣਾ ਇਮੀਗ੍ਰੇਸ਼ਨ ਤੇ ਆਪਣਾ ਜਿਹੜਾ ਵੀਜ਼ਾ ਦੇਂਦਾ ਰੇਟ ਉਹ ਵੱਖ-ਵੱਖ ਕਰਦਾ ਤੇ ਇਸੇ ਲਈ ਤੁਸੀਂ ਦੇਖ ਸਕਦੇ ਹੋ ਕਿ ਕਿ ਸੂਬੇ ਤੋਂ ਕਿਹੜੀ ਕੰਪਨੀ ਦਾ ਤੇ ਕਿਹੜਾ ਵੀਜ਼ਾ ਜਿਹੜਾ ਉਹ ਤੁਸੀਂ ਅਪਲਾਈ ਕਰ ਸਕਦੇ ਹੋ ਤੁਸੀਂ ਜਾ ਕੇ ਦੇਖ ਸਕਦੇ ਹੋ ਮੈਂ ਕੋਸ਼ਿਸ਼ ਕਰਾਂਗਾ ਕਿ ਲਿੰਕ ਤੁਹਾਨੂੰ ਥੱਲੇ ਡਿਸਕ੍ਰਿਪਸ਼ਨ 'ਚ ਹੀ ਦੇ ਦਿੱਤਾ ਜਾਏ ਕਿੰਨਾ ਦੀ ਅਫੀਸ਼ੀਅਲ ਵੈੱਬਸਾਈਟ ਦਾ ਤੇ ਨਾਲ ਦੀ ਨਾਲ ਹੀ ਦੂਸਰੀ ਗੁੱਡ ਨਿਊਜ਼ ਉਹ ਵੇਖ ਜਿਨ੍ਹਾਂ ਭਰਾਵਾਂ ਨੇ ਵਰਕ ਵੀਜ਼ੇ ਅਪਲਾਈ ਕੀਤੇ ਜ਼ਨ ਕਰਨਾਦੀ ਐਂਬੈਸੀ 'ਚ ਉਹਨਾਂ ਦੇ ਵਰਕ ਵੀਜ਼ੇ ਆਉਣੇ ਸ਼ੁਰੂ ਹੋ ਗਏ ਨੇ ਮੇਰੇ ਕੋਲ ਤਿੰਨ ਵੀਜ਼ੇ ਆਏ ਨੇ ਆ تین ਭਰਾ ਨੇ ਉਹਨਾਂ ਦੇ ਵੀਜ਼ੇ ਆਏ ਨੇ ਜੈਨੂਇਨ ਵੀਜ਼ੇ ਨਹੀਂ ਆਏ ਫੋਟਵਾ ਖਿਚੀਆਂ ਆਈਆਂ ਨੇ ਮੇਰੇ ਕੋਲ ਉਹ ਬਿਲਕੁਲ ਕਨਫਰਮ ਫੋਟਵਾ ਨੇ 100% ਜਿਹੜੇ ਨੇ origignal ਵੀਜ਼ੇ ਨੇ ਵਰਕ ਪਰਮਿਟ ਨੇ ਜਿਹੜੇ ਪਾਕਿਸਤਾਨੀ ਭਰਾਵਾਂ ਦੇ ਤੇ ਇੰਡੀਅਨ ਭਰਾਵਾਂ ਦੇ ਵੀਜ਼ੇ ਨਿਕਲੇ ਨੇ ਤੇ ਜੇ ਤੁਸੀਂ ਸਾਡੇ ਵਿੱਚੋਂ ਵੀ ਕੋਈ ਬੰਦਾ ਅਪਲਾਈ ਕਰਨਾ ਚਾਹੁੰਦਾ ਹੈ ਤੇ ਫਿਲਹਾਲ ਜਿਹੜਾ ਕੰਮ ਥੋੜਾ ਜਿਹਾ ਸਲੋ ਹੋ ਗਿਆ ਬਟ ਉਮੀਦ ਕੀਤੀ ਜਾਣਦੀ ਹੈ ਕਿ ਆਉਣ ਵਾਲੇ 1-2 ਹਫ਼ਤੇ ਦੇ ਵਿੱਚ ਵਿੱਚ ਕੰਮ ਨੂੰ ਦੁਬਾਰਾ ਤੇਜ਼ ਕੀਤਾ ਜਾਏ ਵੇਖੋ ان ਕੀ ਬੰਦਿਆ ਕਰੋਨਾ ਵਾਇਰਸ ਦੀ وجہ ਤੋਂ ਕਾਫੀ ਜ਼ਿਆਦਾ ਜਿਹੜੀਆਂ ਐਮਬੈਸੀਆਂ ਨੇ ਦੁਬਾਰਾ ਤੋਂ ਬੰਦ ਹੋਣ ਰਹੀਆਂ ਨੇ ਕਾਫੀ ਜ਼ਿਆਦਾ ਕੰਟਰੀ ਨੇ ਆਪਣੇ ਬਾਰਡਰ ਬੰਦ ਕਰ ਛਰੇ ਨੇ ਤੇ ਬਿਲਕੁਲ ਇਹ ਕਨਫਰਮ ਅਪਡੇਟ ਕੋਈ ਵੀ ਨਹੀਂ ਹੈ ਇਟਲੀ ਦੀ ਜਿਹੜੀ ਐਮੈਸੀਏ ਉਹਨੇ ਵੀ 6 ਅਪ੍ਰੈਲ ਨੂੰ ਅਨਾਉਂਸਮੈਂਟ ਕਰਨੀ ਹੈ ਕਿ ਕਿ ਦੂ ਆਪਣਾ ਜਿਹੜਾ ਲਾਕਡਾਊਨ ਹੈ ਦੁਬਾਰਾ ਓਪਨ ਕਰਨੇ ਆ ਜਾਂ ਦੁਬਾਰਾ ਤੋਂ ਲਾਕਡਾਊਨ ਕਰਨੇ ਆ ਇਹ ਬਿਲਕੁਲ ਕੋਈ ਵੀ ਕਨਫਰਮ ਅਪਡੇਟ ਜਿਹੜੀ ਸਾਡੇ ਕੋਲ ਨਹੀਂ ਹੈ ਜਿਦੋਂ ਵੀ ਅਪਡੇਟ ਆਏਗੀ ਅਸੀਂ ਵੀਡੀਓ ਅਪਲੋਡ ਕਰ ਦੇਵਾਂਗੇ ਕੈਨੇਡਾ ਦੇ ਵਰਕ ਪਰਮਿਟ ਦੇ ਬਾਰੇ ਵਿੱਚ ਅਸੀਂ ਅਪਲੋਡ ਕਰ ਦੇਵਾਂਗੇ ਜਾਂ ਫਿਰ ਇਟਲੀ ਦਾ ਸੀਜ਼ਨਲ ਵੀਜ਼ਾ ਨਾਨ ਸੀਜ਼ਨਲ ਵੀਜ਼ਾ ਨੂਲਾ ਉਸਤਾ ਦੇ ਬਾਰੇ ਵਿੱਚ ਕੋਈ ਵੀ ਅਪਡੇਟ ਆਏਗੀ ਤੇ ਅਸੀਂ ਇਸ ਚੈਨਲ टीच ਵੀਜ਼ਾ ਪੰਜਾਬੀ ਦੇ ਉੱਤੇ ਅਪਲੋਡ ਕਰ ਦੇਵਾਂਗੇ ਤੁਹਾਡੀ ਸਾਰੇ ਭਰਾਵਾਂ ਅਗੇ ਰਿਕਵੈਸਟ ਇੱਕ ਚੈਨਲ टीच ਵੀਜ਼ਾ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਕੋਈ ਵੀ ਸਵਾਲ ਹੈ ਤੁਹਾਡਾ ਤੁਸੀਂ ਥੱਲੇ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਕੋਸ਼ਿਸ਼ ਕਰਾਂਗਾ ਕਿ ਜ਼ਿਆਦਾ ਤੋਂ ਜ਼ਿਆਦਾ ਭਰਾਵਾਂ ਦੇ ਕਮੈਂਟਾਂ ਦੇ ਰਿਪਲਾਈ ਦਿੱਤੇ ਜਾਂਦੇ ਤੁਹਾਡਾ ਜ਼ਿਆਦਾ ਇੰਪੋਰਟੈਂਟ ਸਵਾਲ ਹੈ ਤੇ ਈਮੇਲ ਕਰ ਸਕਦੇ ਹੋ ਈਮੇਲ ਤੇ ਮੈਂ ਕਨਫਰਮ ਰਿਪਲਾਈ ਕਰਨਾ YouTube ਦੇ ਜਿਹੜੇ ਕਮੈਂਟ ਹੁੰਦੇ ਨੇ ਉਹ ਤੇ ਪੜ ਲਈਦਾ ਬਟ ਯਾਰਾ ਕਾਫੀ ਜ਼ਿਆਦਾ ਸਵਾਲ ਹੁੰਨੇ ਨੇ ਰਿਪਲਾਈ ਦੇਣੇ ਹਰ ਇੱਕ ਬੰਦੇ ਨੂੰ ਕਾਫੀ ਜ਼ਿਆਦਾ ਟਾਈਮ ਲਾਦਾ ਬਟ ਤੁਹਾਡੇ ਮੈਸੇਜ ਪੜੀਦੇ ਜ਼ਰੂਰ ਨੇ ਤੁਹਾਡੇ ਕਮੈਂਟ ਪੜੀਦੇ ਜ਼ਰੂਰ ਨੇ ਜੇ ਕੋਈ ਜ਼ਿਆਦਾ ਇੰਪੋਰਟੈਂਟ ਸਵਾਲ ਹੁੰਦਾ ਤੇ ਉਹ ਮੈਂ ਰਿਪਲਾਈ ਕਰ ਦੇਣਾ ਬਾਕੀ ਜ਼ਿਆਦਾਤਰ ਜਿਹੜੇ ਸਵਾਲ ਹੁੰਦੇ ਨੇ ਤੁਹਾਡੇ ਵੀਡੀਓ ਦੇ ਵਿੱਚ ਹੀ ਹੁੰਦੇ ਨੇ ਵੀਡੀਓ ਨੂੰ ਤੁਸੀਂ ਕੰਪਲੀਟ ਨਹੀਂ ਵੇਂਦੇ ਇੱਕ ਦੋ ਮਿੰਟ ਦੀ ਵੀਡੀਓ ਵੇਖ ਤੁਸੀਂ ਟੁਰ ਜਾਂਦੇ ਹੋ ਤੇ ਕਮੈਂਟ ਕਰ ਦਿਓ ਬਾਅਦ ਚ ਜਿਹੜੀ ਇਨਫੋਰਮੇਸ਼ਨ ਤੁਸੀਂ ਪੁੱਛਦੇ ਹੋ ਹੋ ਸਕਦਾ ਵੀਡੀਓ ਦੇ ਅੱਗੇ ਹੋਵੇ ਤੇ ਇਸ ਲਈ ਗੁੱਡ ਹੋਣ ਐਂਡ ਟਿਕਣਾ ਜ਼ਰੂਰ